अपने बयान करके हमेशा सुर्खियों में रहने वाले पंजाब के कैबिनेट मंत्री नवजोत सिंह सिद्धू वालों राहुल गांधी को अपना कैप्टन दसन के बयान तो बाद पंजाब विच सियासत पखी हुई है। हुण आम आदमी पार्टी के बागी नेता सुखपाल सिंह खहरा जिथे इस मामले में नवजोत सिंह सिद्धू के हक में खड़े हैं, नाल ही उन्होंने अपने ग्रुप में शामिल होने का सद्दा भी दे देंगे। विधानसभा हलका मौड़ मंडी विखे पुजे सुखपाल सिंह खहरा ने कहा कि नवजोत सिंह सिद्धू ते करतारपुर लांघे के कार्ज ने उन्हां दा कद वड्डा कर दिता है, जिस करके कांग्रेस उन्हां नाल वितकरा कर रही है। कैप्टन अमरिंदर सिंह ने उन्हां दे किसे काम नूं सिरे नहीं चढ़न दिता। उन्हां कहा कि आने वाले समय विच कांग्रेस विच कमासान होवेगा, जिस करके नवजोत सिंह सिद्धू नूं कांग्रेस विच रहण वास्ते संघर्ष करना पवेगा। नाल ही सुखपाल सिंह खहरा ने नवजोत सिंह सिद्धू नूं इंसाफ यात्रा विच शामिल होण दा सद्दा भी दे दिता। ਸਾਡਾ ਇਹ ਮੰਨਣਾ ਵਾ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਉਹਨੇ ਲਾਂਘੇ ਦੇ ਵਿੱਚ ਇੱਕ ਅੱਛਾ ਯੋਗਦਾਨ ਪਾਇਆ, ਉਹਦੇ ਕਰਕੇ ਸਾਰੀ ਕਾਂਗਰਸ ਉਹਦੇ ਨਾਲ ਵਿਤਕਰਾ ਕਰ ਰਹੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਉਹਦਾ ਕੋਈ ਕੰਮ ਸਿਰੇ ਨਹੀਂ ਚੜ੍ਹਨ, ਚਾਹੇ ਉਹ ਮਾਈਨਿੰਗ ਦੀ ਉਹਨਾਂ ਨੇ ਪਾਲਿਸੀ ਦਾ ਸੁਜੈਸ਼ਨ ਦਿੱਤਾ, ਫਿਰ ਉਹਨੇ ਸ਼ਰਾਬ ਦੀ ਪਾਲਿਸੀ ਦਾ ਸੁਜੈਸ਼ਨ ਦਿੱਤਾ, ਫਿਰ ਉਹਨਾਂ ਨੇ ਇਲੀਗਲ ਕਾਲੋਨੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਦਬਾਉਂਦੇ ਨੇ, ਉਹਦੇ ਪਰ ਕੱਟਦੇ ਰਹੇ ਨੇ। ਸੋ ਇਸ ਲਈ ਹਾਰ ਕੇ ਉਹਨੇ ਕਹਿਤਾ ਕਿ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਆ ਅਤੇ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਤਾਂ ਇੱਕ ਫੌਜੀ ਕੈਪਟਨ ਆ। ਇੱਥੋਂ ਨਜ਼ਰ ਆਉਂਦਾ ਵਾ ਕਿ ਕਾਂਗਰਸ ਦੇ ਵਿੱਚ ਹੁਣ ਕਾਫੀ ਆਉਣ ਵਾਲੇ ਸਮੇਂ ਵਿੱਚ ਘਮਾਸਾਨ ਹੋਵੇਗਾ ਔਰ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਇਸ ਤਰ੍ਹਾਂ ਦੇ ਆਗੂ ਨੂੰ ਟੋਲਰੇਟ ਕਰ ਸਕਦੇ ਨੇ ਜਿਹਦਾ ਕੱਦ ਉਹ ਸਮਝਦੇ ਨੇ ਕਿ ਉਹਨਾਂ ਦੇ ਬਰਾਬਰ ਹੋਣ ਜਾ ਰਿਹਾ ਵਾ। ਇਸ ਲਈ ਆਉਣ ਵਾਲੇ ਸਮੇਂ 'ਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿੱਚ ਰਹਿਣ ਵਾਸਤੇ ਸਟਰਗਲ ਕਰਨਾ ਪਵੇਗਾ ਅਤੇ ਸਾਡਾ ਆਹ ਲੋਕਾਂ ਵੱਲੋਂ ਉਹਨਾਂ ਨੂੰ ਖੁੱਲ੍ਹਾ ਸੱਦਾ ਵਾ ਕਿ ਜੇ ਨਾ ਗੱਲ ਬਣੀ ਉਧਰਲੇ ਪਾਸੇ ਤਾਂ ਸਾਡੇ ਕੋਲ ਆ ਜਾਓ ਅਤੇ ਪੰਜਾਬ ਦੀ ਇਨਸਾਫ ਯਾਤਰਾ ਜੁਆਇਨ ਕਰੋ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਲੈ ਕੇ ਦੇਈਏ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।